ਦੁਆਬਾ ਜਨ ਕਲਿਆਣ ਚੈਰੀਟੇਬਲ ਟਰੱਸਟ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ ਵੱਲੋਂ ਤੀਸਰਾ ਸਾਮੂਹਿਕ ਸ਼ਾਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ 6 ਲੋੜਵੰਦ ਲੜਕਿਆਂ ਦੇ ਸ਼ੁਭ ਆਨੰਦ ਕਾਰਜ ਕੀਤੇ ਗਏ। ਇਸ ਸਮੇਂ ਚੌਧਰੀ ਸੰਤੋਖ ਸਿੰਘ SP, ਸਰਦਾਰ ਜਗਵੀਰ ਸਿੰਘ ਬਰਾੜ, ਕਾਂਗਰਸੀ ਆਗੂ ਸੰਤ ਬਲਵਿੰਦਰ ਮੁਨੀ ਜੀ, ਸੁਰਜੀਤ ਬੀਟਾ, ਦਵਿੰਦਰ ਕਲੇਰ, ਸਰਦਾਰ ਤਰਲੋਚਨ ਸਿੰਘ ਤੇਮਾਨ, ਕੈਪਟਨ ਰਾਜਵਿੰਦਰ ਸ਼ਰਮਾ, ਸਮਾਜ ਸੇਵਕ ਆਦਿ ਨੇ ਲੜਕਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਸਮਾਗਮ ਨੂੰ ਕਾਮਯਾਬ ਕਰਨ ਵਿੱਚ ਪ੍ਰਧਾਨ ਬਲਦੇਵ ਸਿੰਘ ਪੱਟੀ, ਹੰਸਰਾਜ, ਭੁਪਿੰਦਰ ਸਿੰਘ ਤੇਮਾਨ, ਚੇਅਰਮੈਨ ਪਵਨ ਗਿੱਲ, ਗੁਰਦੀਪ ਸਿੰਘ ਪੁਰੇਵਾਲ, ਬਲਵਿੰਦਰ ਪੱਟੀ ਸੈਕਟਰੀ, ਸੁਰਿੰਦਰ ਛਾਬੜਾ, ਸੋਨੀ ਗਿੱਲ, ਜਗਦੇਵ ਸਿੰਘ ਕੁਲਾਰ, ਸਵਰਨ ਸਿੰਘ ਸੰਘੂ, ਵਿਜੇ ਪੋਪਲੀ, ਮੰਗਾ ਸੌਤਾ ਆਦਿ ਨੇ ਅਹਿਮ ਯੋਗਦਾਨ ਪਾਇਆ। ਸਮਾਗਮ ਮੌਕੇ ਸਟੇਜ ਦੀ ਭੂਮਿਕਾ ਬਿਰਬਲ ਸਿੰਘ ਨੇ ਨਿਭਾਈ। ਇਸ ਮੌਕੇ ਤੇ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ। ਅੱਜ ਮੁਹੱਲਾ ਗੁਰੂ ਨਾਨਕਪੁਰਾ ਵਿਖੇ ਨਕੋਦਰ, ਜਿਹੜੇ 6 ਲੋੜਵੰਦ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਹੋਏ ਆ, ਇਹਦੇ ਲਈ ਮੈਂ ਦੁਆਬਾ ਜਨ ਕਲਿਆਣ ਟਰੱਸਟ ਨੂੰ ਬਹੁਤ ਬਹੁਤ ਵਧਾਈ ਦਿੰਦਾ। ਉਹਨਾਂ ਬੱਚਿਆਂ ਨੂੰ ਬਹੁਤ ਬਹੁਤ ਵਧਾਈ, ਉਹਨਾਂ ਪੇਰੈਂਟਸ ਨੂੰ ਜਿਨ੍ਹਾਂ ਨੇ ਜਨ ਕਲਿਆਣ ਕੋਲ ਅਪਰੋਚ ਕੀਤੀ, ਇਹਨਾਂ ਸਾਰੇ ਬਹੁਤ ਬਹੁਤ ਵਧਾਈ ਦੇ ਪਾਤਰ ਹਨ। ਅਤੇ ਮੇਰੀ ਵਾਹਿਗੁਰੂ ਮੋਰੇ ਅਰਦਾਸ ਆ ਕਿ ਹਮੇਸ਼ਾ ਹੀ ਇਹ ਖੁਸ਼ੀਆਂ ਵੰਡਦੇ ਰਹਿਣ। ਦੁਆਬਾ ਜਨ ਕਲਿਆਣ ਟਰੱਸਟ ਵਾਲੇ, ਇਹਨਾਂ ਦੇ ਪ੍ਰਧਾਨ ਸਾਹਿਬ ਭੱਟੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ, ਕਾਮਰੇਡ ਹੰਸਰਾਜ ਸਾਹਿਬ, ਹੋਰ ਆਪਣੇ ਜਿਹੜੇ MP ਸਾਹਿਬ ਚੌਧਰੀ ਸੰਤੋਖ ਸਿੰਘ ਜੀ ਅਤੇ ਬਰਾੜ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ, ਜਿਹੜੇ ਆਪਣੇ ਕੀਮਤੀ ਸਮੇਂ 'ਚੋਂ ਕੱਢ ਕੇ ਸਾਡੇ ਵਿੱਚ ਗਰੀਬ ਪਰਿਵਾਰਾਂ ਵਿੱਚ ਆਏ, ਉਹਨਾਂ ਨੂੰ ਆਪਣੇ ਆਸ਼ੀਰਵਾਦ ਦਿੱਤਾ। ਅਤੇ ਮੈਂ ਇਹ ਜਿਹੜਾ ਜਨ ਕਲਿਆਣ ਟਰੱਸਟ ਵਾਲੇ ਕੰਮ ਕਰ ਰਹੇ ਨੇ, ਬਹੁਤ ਵਧੀਆ ਕੰਮ ਕਰ ਰਹੇ ਨੇ। ਇਹ ਜਿਹੜਾ ਜਨ ਸੇਵਾ ਦਾ ਹੁੰਦਾ ਮੌਕਾ, ਇਹ ਮਹਾਰਾਜ ਕਿਸੇ ਨੂੰ ਬਖਸ਼ਦਾ ਵਾ, ਅਤੇ ਮਹਾਰਾਜ ਕਰੇ ਇਹਨਾਂ ਤਰੱਕੀ ਹੋਵੇ ਇਹਨਾਂ ਸਾਰਿਆਂ ਦੀ, ਅਤੇ ਗਾਂਹ ਵੀ ਇਹ ਹੋਰ ਵਧੀਆ ਕੰਮ ਕਰ ਸਕਣ, ਅਤੇ ਸਾਰੇ ਮੋਹਤਵਾਰ ਸੱਜਣਾਂ ਦਾ ਜਿਹੜੇ ਨਕੋਦਰ ਸ਼ਹਿਰ ਦੇ ਆਏ, ਉਹਨਾਂ ਦਾ, ਹੋਰ ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਸੋ TV ਪੰਜਾਬੀ ਦੇ ਲਈ ਸੁਰਿੰਦਰ ਛਾਬੜਾ ਦੀ ਵਿਸ਼ੇਸ਼ ਰਿਪੋਰਟ।